ਸਿਵਲ ਹਸਪਤਾਲ ਵਿਖੇ ਪਿਛਲੇ 2 ਸਾਲਾਂ ਤੋਂ ਸਟਾਫ ਨਰਸ ਵਜੋਂ ਕੰਮ ਕਰ ਰਹੀ ਸੀਮਾ ਸ਼ਰਮਾ ਬਾਕੀ ਨਰਸਾਂ ਅਤੇ ਸਟਾਫ ਮੈਂਬਰਾਂ ਲਈ ਮਿਸਾਲ ਬਣ ਗਈ ਹੈ। ਖਰੜ ਨਿਵਾਸੀ ਕਮਲਜੀਤ ਸ਼ਰਮਾ ਦੀ ਹੋਣਹਾਰ ਪੁੱਤਰੀ ਸੀਮਾ ਸ਼ਰਮਾ ਨੇ ਬੀਤੀ ਸਵੇਰ ਚਲਦੀ ਐਂਬੂਲੈਂਸ ਵਿੱਚ ਜੱਚਾ ਬੱਚਾ ਦੀ ਸਫਲ ਡਿਲੀਵਰੀ ਕਰਵਾ ਕੇ ਮਿਸਾਲ ਕਾਇਮ ਕੀਤੀ। ਸੀਮਾ ਸ਼ਰਮਾ ਨੇ ਦੱਸਿਆ ਕਿ ਸਵੇਰੇ ਐਤਵਾਰ ਕਰੀਬ 10 ਵਜੇ ਸਿਵਲ ਹਸਪਤਾਲ ਵਿੱਚ ਸਾਬਰੀ ਨਾਂ ਦੀ ਗਰਭਵਤੀ ਔਰਤ ਆਈ ਸੀ ਅਤੇ ਬੱਚੇ ਦਾ ਨਾੜਵਾ ਉਸਦੀ ਗਰਦਨ ਵਿੱਚ 2 ਵਾਰ ਲਿਪਟਿਆ ਹੋਇਆ ਸੀ। ਉਸਨੇ ਕਰੀਬ 10 ਮਿੰਟ ਡਿਲੀਵਰੀ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੀ। ਫਿਰ ਉਸਨੇ ਜੱਚਾ ਦੇ ਬੱਚਾ ਨੂੰ ਪਟਿਆਲਾ ਦੇ ਰਜਿੰਦਰਾ ਵਿੱਚ ਰੈਫਰ ਕਰਵਾ ਦਿੱਤਾ ਅਤੇ ਖੁਦ ਹਸਪਤਾਲ ਦੀ ਐਂਬੂਲੈਂਸ ਵਿੱਚ ਜੱਚਾ ਬੱਚਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਜਾ ਰਹੀ ਸੀ। ਸਰਹੰਦ ਤੋਂ ਬਾਹਰ ਨਿਕਲਦਿਆਂ ਸ਼ਮਸ਼ੇਰ ਨਗਰ ਕੋਲ ਉਹਨਾਂ ਦੀ ਪਲਸ ਰੁਖੀ ਦਿਖਾਈ ਦਿੱਤੀ। ਇਸ ਮੌਕੇ ਵੱਡਾ ਜੋਖਮ ਲੈਂਦਿਆਂ ਪਰਮਾਤਮਾ ਦਾ ਨਾਮ ਲੈ ਕੇ ਫਿਰ ਡਿਲੀਵਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਸਫਲ ਹੋ ਗਈ ਅਤੇ ਜੱਚਾ ਬੱਚਾ ਨੂੰ ਰਜਿੰਦਰਾ ਹਸਪਤਾਲ ਲੈ ਪਹੁੰਚੀ ਜਿੱਥੇ ਡਾਕਟਰਾਂ ਨੇ ਜੱਚਾ ਬੱਚਾ ਨੂੰ ਖਤਰੇ ਤੋਂ ਬਾਹਰ ਦੱਸਿਆ। ਉੱਥੇ ਉਸਦੀ ਕਾਰਗੁਜ਼ਾਰੀ ਦੀ ਪੁਰਜ਼ੋਰ ਸ਼ਲਾਘਾ ਵੀ ਕੀਤੀ। ਸੀਮਾ ਨੇ ਦੱਸਿਆ ਕਿ ਜੇਕਰ ਜਣੇਪੇ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਵਰਤੀ ਜਾਂਦੀ ਤਾਂ ਜੱਚਾ ਅਤੇ ਬੱਚਾ ਦੀ ਜਾਨ ਨੂੰ ਵੱਡਾ ਖਤਰਾ ਹੋ ਸਕਦਾ ਸੀ। ਸੀਮਾ ਦਾ ਕਹਿਣਾ ਹੈ ਕਿ ਉਸਦੀ ਪ੍ਰੇਰਣਾ ਸਰੋਤ ਡਾਕਟਰ ਜਸਪ੍ਰੀਤ ਕੌਰ ਨੇ। ਇਸ ਮੌਕੇ ਸਟਾਫ ਨਰਸ ਹਰਮੀਤ ਕੌਰ ਅਤੇ ਇੰਦਰਜੀਤ ਕੌਰ ਵੀ ਮੌਜੂਦ ਸਨ। ਕਦੋਂ ਦੀ ਇਹ ਕਦੋਂ ਦੀ ਗੱਲ ਹੈ ਜਦੋਂ ਤੁਸੀਂ ਪੇਸ਼ੈਂਟ ਨੂੰ ਲੈ ਕੇ ਗਏ ਸੀ? ਕੱਲ੍ਹ ਮੋਰਨਿੰਗ 10 ਵਜੇ ਦੇ ਅਰਾਊਂਡ ਪੇਸ਼ੈਂਟ ਆਇਆ ਸੀ ਐਂਡ ਉਹਨੂੰ ਪੇਨਸ ਤਾਂ 6 o'clock ਦੇ ਅਰਾਊਂਡ ਸੀਗੀਆਂ ਬਟ ਉਹ 108 ਐਂਬੂਲੈਂਸ ਤੋਂ 10 ਵਜੇ ਹੋਸਪਿਟਲ ਪਹੁੰਚਿਆ। ਮੈਂ ਚੈੱਕ ਕੀਤਾ, ਉਸ ਤੋਂ ਬਾਅਦ ਮੈਨੂੰ ਮਤਲਬ ਇਹ ਪਤਾ ਲੱਗਿਆ ਕਿ ਉਹਨੂੰ ਪਾਣੀ ਤਾਂ ਸਵੇਰ ਦਾ ਹੀ ਪਿਆ ਹੋਇਆ ਅਤੇ ਲੀਕਿੰਗ ਮੀਨਸ ਐਂਡ ਮਿਕੋਨੀਅਮ ਪਾਸ ਸੀਗਾ ਬੱਚੇ ਨੇ ਵਿੱਚ ਪੋਟੀ ਕੀਤੀ ਹੋਈ ਸੀਗੀ ਅਤੇ ਉਹਦੇ ਮਤਲਬ ਫੁੱਲੀ ਡਾਇਲੇਟਡ ਸੀਗਾ, ਪ੍ਰੀਵੀਅਸ 2 ਸਿਜ਼ੇਰੀਅਨ ਹੋਏ ਹੋਏ ਸੀਗੇ ਉਹਦੇ। ਸੋ ਮੈਂ ਆਪਣੇ ਡਾਕਟਰ ਔਨ ਕਾਲ ਡਿਊਟੀ ਡਾਕਟਰ ਜਿਹੜੇ ਵੀ ਗਾਇਨਕੋਲੋਜਿਸਟ ਡਾਕਟਰ ਜਸਪ੍ਰੀਤ ਉਹਨਾਂ ਨੂੰ ਇਨਫੋਰਮ ਕੀਤਾ ਪੇਸ਼ੈਂਟ ਦੀ ਕੰਡੀਸ਼ਨ। ਉਹਨਾਂ ਨੇ ਮੈਨੂੰ ਇਹ ਕਿਹਾ ਕਿ ਅਗਰ ਤਾਂ ਇਹ ਹੋ ਸਕਦੀ ਹੈ 5-10 ਮਿੰਟਸ 'ਚ ਤਾਂ ਟਰਾਈ ਕਰਕੇ ਇੱਕ ਵਾਰੀ ਦੇਖ ਲਓ, ਅਦਰਵਾਈਜ਼ ਇਹਨੂੰ ਰੈਫਰ ਕਰ ਦਿਉ ਪੇਸ਼ੈਂਟ ਨੂੰ ਆਰ ਐੱਚ ਪਟਿਆਲਾ। ਦੈਨ ਮੈਂ ਨਾਲ ਦੀ ਨਾਲ ਐਂਬੂਲੈਂਸ ਨੂੰ ਵੀ ਕਾਲ ਕਰਤੀ ਕਿ ਜੇ ਡਿਲੀਵਰ ਵੀ ਹੋ ਜਾਏਗੀ ਨਾਲ ਦੈਨ ਫੋਰ ਫਰਦਰ ਇਨਵੈਸਟੀਗੇਸ਼ਨ ਭੇਜ ਲਾਂਗੇ। 10 ਮਿੰਟਸ ਟ੍ਰਾਇਲ ਕੀਤਾ ਲਿਵਰ ਰੂਮ ਦੇ ਵਿੱਚ ਬਟ ਉਹ ਪੇਸ਼ੈਂਟ ਨੇ ਪ੍ਰੋਗਰੈਸ ਨਹੀਂ ਕੀਤਾ। ਸੋ ਮੈਂ ਨਾ ਵਾਰਡ ਅਟੈਂਡੈਂਟ ਕਿਹਾ ਮੇਨ ਦਾ ਟਾਈਮ ਤੁਸੀਂ ਉੱਥੇ ਇੱਕ ਡਿਲੀਵਰੀ ਕਿੱਟ ਵਗੈਰਾ ਔਰ ਡਰੱਗਸ ਸੈੱਟ ਕਰ ਦਿਉ, ਮੈਂ ਇੱਥੇ ਇਹਨੂੰ ਟ੍ਰਾਈ ਕਰ ਲੈਂਦੀ ਹਾਂ। ਉਹਨਾਂ ਨੇ ਉੱਥੇ ਡਿਲੀਵਰੀ ਟ੍ਰੇ ਰੈਡੀ ਕਰਕੇ ਰੱਖ ਦਿੱਤੀ। ਦੈਨ 10 ਮਿੰਟਸ ਤੋਂ ਬਾਅਦ ਵੀ ਪੇਸ਼ੈਂਟ ਪ੍ਰੋਗਰੈਸ ਨਹੀਂ ਕੀਤਾ, ਸੋ ਮੈਂ ਨਾਲ ਪੇਸ਼ੈਂਟ ਦੇ ਚਲੀ ਗਈ ਸੀ। ਫਤਿਹਗੜ੍ਹ ਸਾਹਿਬ ਕ੍ਰੋਸ ਕਰਦੇ ਹੀ ਪੇਸ਼ੈਂਟ ਨੂੰ ਫੁੱਲ ਮਤਲਬ ਕਾਫੀ ਡਾਇਲ ਫੁੱਲ ਕੰਟ੍ਰੈਕਸ਼ਨਸ ਹੋਈਆਂ ਐਂਡ ਲਿਵਰ ਕਰਤੀ ਸੀ ਬਟ ਆਫਟਰ ਡਿਲੀਵਰੀ ਉਹ ਥੋੜ੍ਹਾ ਪਲਸਲੈਸ ਹੋ ਗਈ ਸੀਗੀ। ਦੈਨ ਆਈ ਸਟਾਰਟਡ ਡ੍ਰਿਪ ਨਾਲ ਦੈਨ ਆਕਸੀਜਨੇਸ਼ਨ ਸਟਾਰਟ ਕੀਤੀ, ਫਿਰ ਥੋੜ੍ਹਾ ਬੈਟਰ ਹੋ ਗਈ ਸੀਗੀ। ਫਿਰ ਉਹਨੂੰ ਬੇਬੀ ਔਰ ਮਦਰ ਨੂੰ ਦੋਨਾਂ ਨੂੰ ਐਡਮਿਟ ਕਰਵਾ ਕੇ ਰਜਿੰਦਰਾ ਹੋਸਪਿਟਲ ਫਿਰਾਂ। ਮੈਮ ਇੰਨਾ ਵਧੀਆ ਕੰਮ ਕੀਤਾ, ਕਿੱਦਾਂ ਦਾ ਫੀਲ ਕਰ ਰਹੇ ਹੋ? ਬਹੁਤ ਵਧੀਆ ਲੱਗ ਰਿਹਾ। ਐਕਚੁਲੀ ਮੈਂ ਥੋੜ੍ਹਾ ਡਰ ਗਈ ਸੀ ਜਦੋਂ ਪੇਸ਼ੈਂਟ ਆਇਆ ਕਿ ਮੈਨੂੰ ਲਾਈਕ ਇੱਦਾਂ ਸੀ ਕਿ ਯੂਟਰਸ ਨਾ ਰਪਚਰ ਕਰ ਜਾਏ, ਪੀਪੀਐਸ ਨਾ ਹੋ ਜਾਏ, ਬੇਬੀ ਵਿਦ ਬੇਬੀ ਐਕਚੁਲੀ ਡਿਲੀਵਰ ਜਦੋਂ ਕੀਤਾ ਬੇਬੀ ਦੇ 2 ਕੋਰਡਸ ਅਰਾਊਂਡ ਸੀ ਨੈਕ ਦੇ, ਫਿਰ ਮੈਨੂੰ ਇਹ ਵੀ ਸੀਗਾ ਕਿ ਬੇਬੀ ਵੀ ਸਰਵਾਈਵ ਕਰੇ ਬਟ ਡਾਕਟਰ ਜਸਪ੍ਰੀਤ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਕਿ ਕਿਵੇਂ ਕਿਵੇਂ ਸਾਰਾ ਕੁਛ ਕਰਨਾ ਹੈ। ਉਹਨਾਂ ਦੀ ਗਾਈਡੈਂਸ ਦੇ ਨਾਲ ਮੈਂ ਬਹੁਤ ਕੀਤਾ ਜੋ ਵੀ ਦਿੱਤਾ। ਕੱਲ੍ਹ ਐਤਵਾਰ ਨੂੰ ਸਵੇਰੇ 10 ਵਜੇ ਮੈਨੂੰ ਐਮਰਜੈਂਸੀ ਦਾ ਡਾਕਟਰ ਪਰਮਿੰਦਰ ਦਾ ਫੋਨ ਆਇਆ ਕਿ ਲੇਬਰ ਦੇ ਵਿੱਚ ਪੇਸ਼ੈਂਟ ਜਿਹਦੇ ਪਹਿਲਾਂ 2 ਸਿਜੇਰੀਅਨ ਹੋਏ ਨੇ ਲੇਬਰ ਰੂਮ ਵਿੱਚ ਆਇਆ ਅਤੇ ਉਹਦੀ ਜਿਹੜੀ ਪ੍ਰੋਗਰੈਸ ਕੋਈ ਬਹੁਤ ਜ਼ਿਆਦਾ ਨਹੀਂ ਅਤੇ ਪੇਸ਼ੈਂਟ ਕਾਫੀ ਸੀਰੀਅਸ ਲੱਗ ਰਿਹਾ। ਮੇਰੇ ਨਾਲ ਉਸ ਵੇਲੇ ਮੈਂ ਜਿਹੜੀ ਡਿਊਟੀ 'ਤੇ ਤੈਨਾਤ ਸਟਾਫ ਸੀਮਾ ਸ਼ਰਮਾ ਸੀ ਉਹਦੇ ਨਾਲ ਗੱਲ ਕੀਤੀ। ਉਹਨੇ ਕਿਹਾ ਸਾਹਿਬ ਜੀ ਮੈਂ ਕੇਸ ਨੂੰ ਦੇਖ ਰਹੀ ਹਾਂ ਅਤੇ ਪ੍ਰੋਗਰੈਸ ਬੜੀ ਘੱਟ ਹੈ,
ਜਸਪੀਰ ਡਾਕਟਰ ਜਸਪੀਰ ਨਾਲ ਮੇਰੀ ਗੱਲ ਹੋ ਗਈ ਹੈ, ਜੇ ਲੱਗਾ ਸਾਨੂੰ ਤਾਂ ਸ਼ਾਇਦ ਮੈਂ ਤੁਹਾਨੂੰ ਪਟਿਆਲੇ ਰੈਫਰ ਕਰਨਾ ਪਵੇ। ਮੇਰੇ ਵੱਲੋਂ ਸੀਮਾ ਸ਼ਰਮਾ ਨੇ ਕਿਹਾ ਵੀ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਇਹਦੇ ਵਿੱਚ ਅਣਗਹਿਲੀ ਨਹੀਂ ਹੋਣੀ ਚਾਹੀਦੀ ਅਤੇ ਇਸ ਕੇਸ ਨੂੰ ਚੰਗੀ ਤਰ੍ਹਾਂ ਆਪਾਂ ਹੈਂਡਲ ਕਰਨਾ। ਜਦੋਂ ਕਿ ਉਹ ਕੇਸ ਪਹਿਲਾਂ ਰਜਿੰਦਰਾ ਹਸਪਤਾਲ ਦੇ ਵਿੱਚ ਹੀ ਦਿਖਾ ਰਿਹਾ ਸੀ, ਉਹਦੇ ਪਹਿਲੇ ਦੂਸਰੇ ਏਰੀਏ ਨੂੰ ਰਜਿੰਦਰਾ ਹਸਪਤਾਲ ਹੋਏ ਸੀ, ਸਾਡੇ ਕੋਲੋਂ ਵਿਦਾਊਟ ਐਂਟੀਨੀਟਲ ਚੈੱਕਅਪ ਸਾਡੇ ਹੋਏ ਤੋਂ ਮੈਨੂੰ ਉਹ ਪੇਸ਼ੈਂਟ 108 ਮਰੀਜ਼ ਲਿਆਂਦਾ ਗਿਆ ਸੀ। 10:30 ਜਦੋਂ ਡਾਕਟਰ ਮਿਸ ਸੀਮਾ ਨੇ ਦੇਖਿਆ ਕਿ ਇਹ ਪ੍ਰੋਗਰੈਸ ਨਹੀਂ ਹੋ ਰਹੀ ਅਤੇ ਪੇਸ਼ੈਂਟ ਥੋੜ੍ਹਾ ਜਿਹਾ ਸੀਰੀਅਸ ਹੋ ਰਿਹਾ, ਅਤੇ ਇਹਨਾਂ ਨੇ ਉਹਨੂੰ ਪਟਿਆਲੇ ਰੈਫਰ ਕਰਨ ਦਾ ਵਿਚਾਰ ਕੀਤਾ। ਹਸਪਤਾਲ ਦੀ ਐਂਬੂਲੈਂਸ ਨੂੰ ਬੁਲਾਇਆ ਗਿਆ ਅਤੇ ਸੀਮਾ ਦੀ ਉਹਨੇ ਆਪਣੀ ਅੰਤਰਾਤਮਾ ਦੀ ਆਵਾਜ਼ ਸੁਣਦੇ ਹੋਏ ਆਪ ਨਾਲ ਜਾਣਾ ਬਿਹਤਰ ਸਮਝਿਆ। ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਵੀ ਉਹ ਪੇਸ਼ੈਂਟ ਦੇ ਨਾਲ ਜਾਵੇ, ਉਹਨੇ ਆਪਣੀ ਜ਼ਿੰਮੇਵਾਰੀ ਸਮਝ ਲਿਆ, ਐਂਬੂਲੈਂਸ ਦੇ ਵਿੱਚ ਉਹ ਆਪ ਬੈਠ ਕੇ ਮਰੀਜ਼ ਦੇ ਨਾਲ ਗਏ। ਰਸਤੇ ਦੇ ਵਿੱਚ ਹੀ ਪੇਸ਼ੈਂਟ ਨੂੰ ਲੇਬਰ ਪੇਨ ਬਹੁਤ ਤੇਜ਼ ਹੋ ਗਈਆਂ, ਇਹਨੇ ਉੱਥੇ ਐਂਬੂਲੈਂਸ ਦੇ ਵਿੱਚ ਹੀ ਪੇਸ਼ੈਂਟ ਦੀ ਡਿਲੀਵਰੀ ਕਰਵਾਈ। ਡਿਲੀਵਰੀ ਤੋਂ ਬਾਅਦ ਪੇਸ਼ੈਂਟ ਦੀ ਬਲੀਡਿੰਗ ਥੋੜ੍ਹੀ ਜਿਹੀ ਜ਼ਿਆਦਾ ਸੀ ਅਤੇ ਪੇਸ਼ੈਂਟ ਸ਼ੌਕ 'ਚ ਚਲਾ ਗਿਆ, ਉਹਦਾ ਬੀ ਪੀ 500 ਦੇ ਕਾੜੇ ਕੋਲ ਹੋ ਗਿਆ ਸੀ। ਇਸ ਨੇ ਆਪਣੀ ਸਮਝ ਮੁਤਾਬਕ ਉਹਨੂੰ ਪੂਰਾ ਟ੍ਰੀਟ ਕੀਤਾ, ਪੇਸ਼ੈਂਟ ਨੂੰ ਰਿਵਾਈਵ ਕੀਤਾ, ਪੇਸ਼ੈਂਟ ਨੂੰ ਤੰਦਰੁਸਤੀ ਦੀ ਹਾਲਤ ਵਿੱਚ ਬੱਚੇ ਦੇ ਮਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਕੇ ਉੱਥੇ ਜਿਹੜੇ ਡਾਕਟਰਾਂ ਨੇ ਮਾਂ ਅਤੇ ਬੱਚੇ ਨੂੰ ਰਿਸੀਵ ਕੀਤਾ ਉਹਨਾਂ ਨੇ ਸੀਮਾ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਵੀ ਤੁਸੀਂ ਪੇਸ਼ੈਂਟ ਨੂੰ ਬਹੁਤ ਅੱਛੀ ਤਰ੍ਹਾਂ ਹੈਂਡਲ ਕੀਤਾ, ਜੇ ਕਿਤੇ ਤੁਸੀਂ ਨਾਲ ਨਾ ਹੁੰਦੇ ਤਾਂ ਹੋ ਸਕਦਾ ਵੀ ਪੇਸ਼ੈਂਟ ਦੀ ਜਾਨ ਨਾ ਬਚਾਈ ਜਾ ਸਕਦੀ। ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਇਸ ਲੜਕੀ ਦਾ ਬਹੁਤ ਜ਼ਿਆਦਾ ਸ਼ਾਬਾਸ਼ੀ ਦਿੰਦੇ ਹਾਂ ਅਤੇ ਇਹਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਨਰਸਿੰਗ ਸਟਾਫ ਵਾਸਤੇ ਵੀ ਕਿਵੇਂ ਜੋ ਨਰਸਾਂ ਦਾ ਅਸਲੀ ਰੋਲ ਹੁੰਦਾ ਉਹ ਇਸਨੇ ਰੋਲ ਨਿਭਾਇਆ ਹੈ ਅਤੇ ਮੈਂ ਇਹਨੂੰ ਭਵਿੱਖ ਦੇ ਵਿੱਚ ਇਹਦੀ ਤਰੱਕੀ ਵਾਸਤੇ ਸ਼ੁਭਕਾਮਨਾਵਾਂ ਦੇਣਾ। ਸਰ ਇਹਦੇ ਮੈਂ ਇਹੀ ਕਹਾਂਗੀ ਸੀਮਾ ਸ਼ਰਮਾ ਨੇ ਜੋ ਡਿਊਟੀ ਕੱਲ੍ਹ ਨਿਭਾਈ ਹੈ ਅਤੇ ਇਹਦੇ ਲੋਕ ਬਹੁਤ ਵਧੀਆ ਨਿਭਾਈ ਹੈ, ਇਸ ਦੇ ਨਾਲ ਦੂਜੀਆਂ ਨਰਸਿਸ ਜਿਹੜੀਆਂ ਸਾਡੀਆਂ ਹੈਗੀਆਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸਿੱਖਣ ਨੂੰ ਮਿਲੇਗਾ ਕਿ ਅਸੀਂ ਵੀ ਵੱਧ ਚੜ੍ਹ ਕੇ ਕਰੀਏ ਅਤੇ ਅਸੀਂ ਇਹਨੂੰ ਓਨਰ ਵੀ ਕਰਾਂਗੇ। ਜੇ ਉੱਥੇ ਡੀ ਸੀ ਆਫਿਸ ਵੱਲੋਂ ਹੋਏ ਨਾ ਹੋਏ ਪਰ 15 ਅਗਸਤ 'ਤੇ ਅਸੀਂ ਐਸ ਐਮ ਓ ਸਰ ਨੂੰ ਪੁਰਜੋਰ ਕਹਾਂਗੇ। ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਦ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।